ਦੋਸਤੋ ਆ ਤੱਕੋ ਜੀ ਕਹਿ ਡੱਬੇ ਆ ਰਹੇ ਨੇ ਇਹ ਇਫਤਾਰੀ ਇੱਥੇ ਕਰਸਨ ਮਾਸ਼ਾਅੱਲਾ ਜੀ ਮਾਸ਼ਾਅੱਲਾ ਬਿਸਮਿਲਲਾਹਿ ਰਹਿਮਾਨਿ ਰਹੀਮ ਅਸਲਾਮ ਅਲੈਕੁਮ ਪਿਆਰੇ ਭਰਾ ਦੋਸਤੋ ਬਜ਼ੁਰਗੋ ਸਭ ਠੀਕ ਠਾਕ ਹੋ ਤੋ ਤੁਸਾਂ ਮੈਂ ਵੀ ਠੀਕ ਠਾਕ ਹਾਂ ਉਮੀਦ ਕਰਨਾ ਤੁਸਾਂ ਸਾਰੇ ਜਿੱਥੇ ਵੀ ਹੋਸੋ ਅੱਲਾਹ ਤਾਲਾ ਨੇ ਜੋ ਮਾਨ ਚੋ ਸੋ ਤਾਂ ਖੈਰ ਹਿਰੀਅਤ ਨਾਲ ਹੋਸੋ ਤਾਂ ਖੁਸ਼ਬਾਸ਼ ਹੋਸੋ ਤੁਸਾਂ ਦੋਸਤੋ ਤੱਕਣੇ ਪਿਓ ਆਪਣਾ ਫੈਮਿਲੀ ਚੈਨਲ ਕਮਰਾਨ ਸ਼ਹਜ਼ਾਦ ਕਸ਼ਮੀਰੀ ਦੋਸਤੋ ਬਜ਼ੁਰਗੋ ਅੱਜ ਤੁਸਾਂ ਦੀ ਖਿਦਮਤ 'ਚ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆਂ ਦੋਸਤੋ ਅੱਜ ਮੇਰੇ ਇੱਕ ਬਹੁਤ ਪਿਆਰੇ ਦੋਸਤ ਨੇ ਰਾਜਾ ਅਦਨਾਨ ਸਾਹਿਬ ਉਹਨਾਂ ਅੱਜ ਸਾਰੇ ਦੋਸਤਾਂ ਨੇ ਇਫਤਾਰ ਪਾਰਟੀ ਰੱਖੀ ਹੈ ਲੈੜੀ ਨਹਿਰ ਕਿਨਾਰੇ ਤਾਂ ਆਣੇ ਸਨ ਜੀ ਸਾਰੇ ਦੋਸਤ ਯਾਰ ਉੱਥੇ ਆਵੇ ਲੈੜੀ ਨਹਿਰਾਂ ਪਰ ਤਾਂ ਮਿਲ ਜੁਲ ਕੇ ਇਫਤਾਰੀ ਕਰਸਾਂ ਤਾਂ ਦੋਸਤੋ ਵੀਡੀਓ ਸਟਾਰਟ ਕਰਨੇ ਤੋਂ ਪਹਿਲੇ ਸਾਰੇ ਦੋਸਤਾਂ ਯਾਰਾਂ ਕੀ ਰਿਕੁਐਸਟ ਹੈ ਜਿਨ੍ਹਾਂ ਮੇਰਾ ਚੈਨਲ ਨਵਾਂ ਓਪਨ ਕੀਤਾ ਹੈ ਉਹ ਮੇਰੇ ਚੈਨਲ ਕੀ ਸਭ ਤੋਂ ਪਹਿਲੇ ਸਬਸਕ੍ਰਾਈਬ ਕਰੋ ਨਾਲ ਹੀ ਘੰਟੀ ਦਾ ਬਟਨ ਲਾਜ਼ਮੀ ਕਲਿੱਕ ਕਰੇ ਤਾਂ ਕਿ ਜਿਹੜਾ ਮੈਂ ਨਵੀਂ ਵੀਡੀਓ ਲਾਂ ਤਾਂ ਤੁਸੀਂ ਮੇਰੀ ਨਵੀਂ ਵੀਡੀਓ ਨਾਲ ਨੋਟੀਫਿਕੇਸ਼ਨ ਬਆਸਾਨੀ ਮਿਲ ਜਾਇਆ ਕਰੇ ਤੁਸੀਂ ਮੇਰੀ ਵੀਡੀਓ ਤੱਕ ਲਾਇਕ ਕਰਿਆ ਕਰੋ ਤਾਂ ਲਾਇਕ ਕਮੈਂਟ ਲਾਜ਼ਮੀ ਕਰੇ ਦੋਸਤੋ ਮੈਂ ਹੁਣ ਲੈੜੀ ਪਹੁੰਚ ਆਇਆ ਮੇਰੇ ਪਿੱਛੇ ਲੈੜੀ ਨਾ ਪਾਰਕ ਹੈ ਤੁਸੀਂ ਨਜ਼ਰ ਆ ਰਿਹਾ ਤਾਂ ਦੋਸਤ ਯਾਰ ਵੀ ਕੁਝ ਆਏ ਤਾਂ ਕੁਝ ਆਵਣ ਲੱਗੇ ਨੇ ਤਾਂ ਘੰਟਾ ਕੁ ਰਿਹਾ ਗਿਆ ਉਸਦੇ ਕਿ ਇਹ ਤਾਂ ਕੁਝ ਹੀ ਬੈਕ ਸਾਈਡ ਤਾਂ ਨਹਿਰ ਵੀ ਹੈ ਮਾਸ਼ਾਅੱਲਾ ਬਹੁਤ ਖੂਬਸੂਰਤ ਇੱਥੇ ਵਿਊ ਹੈ ਤਾਂ ਇਫਤਾਰੀ ਕਰਨੇ ਨਾਲ ਇੱਥੇ ਅਲੱਗ ਹੀ ਮਜ਼ਾ ਹੈ ਉਹ ਦੋਸਤ ਮੇਰੇ ਬੈਕ ਸਾਈਡ ਤਾਂ ਲੱਗੇ ਨਾ ਆਈਐਸ ਖਿਲਾਈ ਨੇ ਤਾਂ ਮੋਟਰਸਾਈਕਲ ਵੀ ਰੋਜ਼ੇ ਦੀਆਂ ਚੀਜ਼ਾਂ ਤਿਆਰ ਕਰ ਰਹੇ ਨੇ ਤਾਂ ਉਹ ਤੁਸੀਂ ਇੱਥੇ ਵਿਜ਼ਿਟ ਕਰਾਸਾਂ ਦੋਸਤੋ ਇਹ ਤੱਕੋ ਜੀ ਨਹਿਰ ਫੁੱਲੋ ਫੁੱਲ ਹੈ ਪਾਣੀ ਇਸ ਨੇ ਕਿਨਾਰੇ ਕਾਫੀ ਬੰਦੇ ਆਏ ਹੋਏ ਨੇ ਇਫਤਾਰੀ ਕਰਨ ਇਸ ਟਾਈਮ ਇਹ ਮੇਰੇ ਦੋਸਤ ਬੈਠੇ ਨੇ ਸਾਰੇ ਰਾਜਾ ਅਦਨਾਨ ਸਾਹਿਬ ਵੀ ਜਿਹਨੇ ਇਫਤਾਰ ਪਾਰਟੀ ਰੱਖੀ ਹੈ ਦੋਸਤਾਂ ਨੇ ਤਾਂ ਹੋਰ ਵੀ ਨਾਲ ਦੋਸਤ ਯਾਰ ਆਏ ਨੇ ਤਾਂ ਰੋਜ਼ੇ ਨਹੀਂ ਇਫਤਾਰੀ ਦਾ ਸਮਾਨ ਜਿਹੜਾ ਉਹ ਬੰਦੋਬਸਤ ਕਰ ਰਹੇ ਨੇ ਇਹ ਮੇਰੇ ਦੋਸਤ ਬੈਠੇ ਨੇ ਖਵਾਜਾ ਮਹਿਬੂਬ ਸਾਹਿਬ ਕੀ ਹਾਲ ਹੈ ਖਵਾਜਾ ਸਾਹਿਬ ਠੀਕ ਹੋ ਸੇ ਠੀਕ ਹੈ ਅੱਜ ਇਫਤਾਰ ਪਾਰਟੀ ਕਰਨ ਆਏ ਹੋ ਲਹਿਰਾਂ ਦੇ ਕਿਨਾਰੇ ਹੈ ਜੀ ਠੀਕ ਹੈ ਜੀ ਰਾਜਾ ਦਰਾਨ ਸਾਹਿਬ ਵੀ ਹੈ ਜੀ ਠੀਕ ਹੈ ਜੀ ਇਹ ਮੇਰੇ ਦੋਸਤ ਨੇ ਜੀ ਚੌਧਰੀ ਆਸਫ ਸਾਹਿਬ ਕੀ ਹਾਲ ਜਨਾਬ ਠੀਕ ਹੋ ਸੇ ਠੀਕ ਹੈ ਇਹ ਮੇਰੇ ਦੋਸਤ ਕਿਹਾ ਜਨਾਬ ਠੀਕ ਹੋ ਸੇ ਠੀਕ ਹੈ ਸਰ ਇਹ ਤੱਕ ਜੀ ਹੋਰ ਸਾਹਿਬ ਸੇ ਠੀਕ ਹੈ ਇਹ ਸਰ ਮੇਰੇ ਦੋਸਤ ਨੇ ਇਹ ਮੇਰੇ ਨਾਲ ਦੋਸਤ ਨੇ ਬਹੁਤ ਤਾਂ ਇਹ ਇਕੱਲੇ ਨੇ ਥੋੜ੍ਹੇ ਤੱਕ ਜੀ ਇਹ ਜਨਾਬ ਅਸਾਂ ਇਕੱਲੀ ਲਾਈ ਹੈ ਇੱਥੇ ਸਾਰੇ ਦੋਸਤ ਯਾਰ ਬਹਿ ਕੇ ਇਫਤਾਰੀ ਕਰਸਾਂ ਅਤੇ ਅਸਾਂ ਇੱਕ ਦੋਸਤ ਹੈ ਆਈਐਸ ਵੀ ਨਾ ਆਉਂਦੀ ਹੈ ਨਾਲ ਅਤੇ ਮੇਰੇ ਦੋਸਤ ਲੱਗੇ ਨੇ ਅਖਤਰ ਸਾਹਿਬ ਅਤੇ ਮਲਕ ਫੈਸਲ ਸਾਹਿਬ ਪਕੌੜੇ ਬਣਾਉਣ ਚਿਪਸ ਤੱਕੋ ਜੀ ਗਰਮਾ ਗਰਮ ਪਕੌੜੇ ਚਿਪਸ ਫੈਸਲ ਸਾਹਿਬ ਬਣਾ ਰਹੇ ਨੇ ਤਾਂ ਮਲਕ ਸਾਹਿਬ ਨਾਲ ਮੱਛੀ ਵੀ ਤਲਸਨ ਹੁਣ ਤੱਕੋ ਦੋਸਤੋ ਅਸਾਂ ਨਹਿਰ ਨੇ ਕਿਨਾਰੇ ਜਿਹੜਾ ਸਾਰਾ ਕਿਚਨ ਇੱਥੇ ਲੈ ਆਉਂਦਾ ਅਸਾਂ ਤੱਕੋ ਆ ਸਿਲੰਡਰ ਦਾ ਚੁੱਲ੍ਹਾ ਅਸਾਂ ਇੱਥੇ ਆਉਂਦੇ ਹੈ ਤਾਂ ਤਿਆਰੀ ਹੋ ਰਹੀ ਹੈ ਹਰੀਆਂ ਮਿਰਚਾਂ ਪਰ ਵੀ ਵੇਸਣ ਲਾਇਆ ਮਲਕ ਅਖਤਰ ਸਾਹਿਬ ਆਰਾਂ ਇਹ ਤੱਕ ਜੀ ਮੱਛੀ ਫਰਾਈ ਹੋ ਸੀ ਵੇਸਣ ਲੱਗ ਰਿਹਾ ਇਹ ਅਸਾਂ ਨੇ ਦੋ ਜਨਾਬ ਮਸ਼ਹੂਰ ਕੁੱਕ ਨੇ ਮਲਕ ਫੈਸਲ ਅਤੇ ਠੇਕਦਾਰ ਅਖਤਰ ਸਾਹਿਬ ਇਹਨਾਂ ਨੇ ਤੁਸਾਂ ਪਕੌੜੇ ਕਿਆ ਬਰਿਆਨੀ ਕਿਆ ਆਂਡੀ ਖਾਓ ਅਤੇ ਅੰਗਲਾਂ ਵਿੱਚ ਚਟਣੇ ਲੈ ਜਾਸੋ ਕਿਉਂ ਅਖਤਰ ਸਾਹਿਬ ਸਹੀ ਆਉਣਾ ਪਿਆ ਨਾ ਜੈ ਜੀ ਆ ਇਹ ਮੇਰੇ ਦੋਸਤ ਨੂੰ ਸੁਭਾਨੀ ਸਾਹਿਬ ਕਿਹਾ ਜਨਾਬ ਠੀਕ ਹੋ ਇਹ ਬਹੁਤ ਮੇਰੇ ਪਿਆਰੇ ਦੋਸਤ ਨੇ ਰਾਜਾ ਅਦਨਾਨ ਸਾਹਿਬ ਪਾਰਟੀ ਕਰਾ ਰਹੇ ਨੇ ਇਫਤਾਰ ਪਾਰਟੀ ਔਰ ਸਭ ਠੀਕ ਹੋ ਸੇ ਠੀਕ ਹੈ ਰਮਜ਼ਾਨ ਕੈਸਾ ਜਾ ਰਿਹਾ ਠੀਕ ਹੈ ਜਨਾਬ ਜੀ ਇਹ ਤੱਕ ਜੀ ਬਹੁਤ ਪਿਆਰਾ ਮਾਹੌਲ ਹੈ ਇਹ ਨਾਲ ਪਾਰਕ ਹੈ ਜੀ ਇਹ ਤੱਕ ਖਾਣਾ ਇਹਨਾਂ ਘਰੋਂ ਵੀ ਬਣਵਾ ਕੇ ਆਉਂਦੇ ਹੈ ਇੱਥੇ ਸਾਰਾ ਤਿਆਰ ਤੱਕ ਜੀ ਇਹ ਚਿਕਨ ਕੜਾਈ ਤਿਆਰ ਹੋਈ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਸਟਰਾਬਰੀ ਹੈ ਜਨਾਬ ਕਿਆ ਚਿਪਸ ਸਾਰਾ ਸਮਾਨ ਆਉਂਦੇ ਜਨਾਬ ਟਰੇ ਮਛਰੇ ਮਾਉਣਾ ਸਾਰਾ ਠਹਿਰ ਕੇ ਸਜਾਸਾਂ ਇੱਥੇ ਦਰੀ ਪਰ ਸਾਰਾ ਕਲੀਨਾ ਪਰ ਸਮਾਨ ਅਤੇ ਫਿਰ ਬਹਿਸਾਂ ਹਾਂਜੀ ਸੁਭਾਨੀ ਸਾਹਿਬ ਕੁਦਰ ਚਲਾਉਣੇ ਆਈ ਆ ਜਨਾਬ ਪਿੰਡੀ ਰੂਟਾ ਪਰ ਸੁਬਹ ਕਿਹੜਾ ਲਿਖਣੇ ਹੋ ਪਹਿਲਾਂ ਟਾਈਮ 6 ਵਜੇ ਤੇ ਮੁੰਡੇ ਕੇ ਲਾਓ ਠੀਕ ਹੈ ਜੀ ਗੱਡੀ ਆਪਣੀ ਹੈ
ਤੇ ਕਿਆ ਅਸੀਂ ਜਾਣੇ ਨਾ ਫਿਰ ਵਧਾਈ ਜਾਣੇ ਹੋ ਫੈਜ਼ਾਬਾਦ ਜਾਣੇ ਹੋ ਦੇਖੋ ਜੀ ਸੁਭਾਨੀ ਸਾਹਿਬ ਜਿਹੜੇ ਆਣੇ ਜੀ ਗੱਡੀ ਫੈਜ਼ਾਬਾਦ ਜਾਣੀ ਹੈ ਰੋਜ਼ ਪਿੰਡੀ ਖੜਨੇ ਨੇ ਮਾਸ਼ਾਅੱਲਾ ਜੀ ਲੰਡਨ ਮਾਡਲ ਹੈ ਲੰਡਨ ਕੀ ਸ਼ਹਿਜ਼ਾਦੀ ਮਾਸ਼ਾਅੱਲਾ ਜੀ ਬਹੁਤ ਖੂਬਸੂਰਤ ਨਾਲ ਗੱਡੀ ਰੱਖੀ ਆ ਆਪਣੀ ਅੱਲਾਹ ਤਾਲਾ ਨਸੀਬ ਕਰੇ ਨੇ ਜਨਾਬ ਇਹ ਤੱਕੋ ਜੀ ਹੁਣ ਫਰਿਸ਼ ਫਰਾਈ ਹੋ ਰਹੀ ਹੈ ਅਸਾਂ ਨੇ ਕੁੱਕ ਲੱਗੇ ਨੇ ਫਿਸ਼ ਫਰਾਈ ਕਰਨ ਤੱਕੋ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਮੂੰਹ ਜੀ ਹੁਣੀ ਪਾਣੀ ਆ ਗਿਆ ਚਲੋ ਥੋੜ੍ਹੀ ਦੇਰ ਸਬਰ ਕਰੋ ਇਫਤਾਰੀ ਨੇ ਟਾਈਮ ਖਾਸਾਂ ਨਹੀਂ ਤਾਂ ਰੋਜ਼ਾ ਖਰਾਬ ਹੋ ਜਾ ਸੀ ਇਫਤਾਰੀ ਵੀ ਰਾਜਾ ਦਨਾਨ ਸਾਹਿਬ ਕਰਾ ਰਹੇ ਟਾਈਮ ਖਰਾਬ ਨਾ ਹੋ ਜਾਏ ਦੋਸਤੋ ਇਹ ਲੈੜੀ ਪਾਰਕ ਹੈ ਫੇਅਰ ਵਿਊ ਪਾਰਕ ਬਹੁਤ ਖੂਬਸੂਰਤ ਪਾਰਕ ਹੈ ਨਾਮ ਹੈ ਜੀ ਨਹਿਰ ਨੇ ਕਿਨਾਰਾ ਇਸ ਨਾਲ ਵੀ ਥੋੜ੍ਹਾ ਤੁਸੀਂ ਵਿਜ਼ਿਟ ਕਰਾ ਛੋੜਾਂ ਮੈਂ ਇੱਥੇ ਬੇਸ਼ੁਮਾਰ ਝੂਲੇ ਅੰਦਰ ਲੱਗੇ ਨੇ ਅਤੇ ਇੱਕ ਪੋਸਟਰ ਲੱਗੇ ਹੈ ਇਸ ਪਰ ਲਿਖੇ ਹੈ ਜੀ ਜਨਾਬ ਛੋਟੀ ਈਦ ਪਰ ਬੜਾ ਗਿਫਟ ਮਿੱਠੂ ਇਨ ਲੈੜੀ ਆਪਕੇ ਸ਼ਹਿਰ ਮੇਂ ਪਹਿਲੀ ਬਾਰ ਮਿੱਠੂ ਸਟੇਟ ਡਰਾਮੇ ਵਾਲਾ ਜਨਾਬ ਇੱਥੇ ਆ ਰਿਹਾ ਵੈ ਇਸ ਈਦੀ ਪਰ ਫੈਮਿਲੀ ਪਾਰਕ 'ਚ ਅਤੇ ਨਾਲ ਮਾਸਟਰ ਸ਼ਹਿਜ਼ਾਦ ਪੱਪੂ ਵੀ ਆ ਰਿਹਾ ਇਹ ਸਾਰੇ ਅਦਾਕਾਰ ਆ ਰਹੇ ਨੇ ਫੈਮਿਲੀ ਸਟੇਟ ਡਰਾਮਾ ਉਸ ਇੱਥੇ ਇਹ ਇਲਾਕਾ ਖੜੀ ਕੇ ਲਈ ਖੁਸ਼ਖਬਰੀ ਹੈ ਜਨਾਬ ਮੈਂ ਛੋਟੀ ਈਦ ਪਰ ਮਿੱਠੂ ਇਨ ਲੈੜੀ ਫੈਮਿਲੀ ਸਟੇਟ ਡਰਾਮਾ ਬਣਾਉਣ ਵਾਸਤੇ ਆਫਸਨ ਤਾਂ ਸਾਰੇ ਥਾਂ ਉਹ ਜਨਾਬ ਸ਼ਿਰਕਤ ਕਰੋ ਫੈਮਿਲੀਆਂ ਗਿਆ ਨੋ ਇੰਜੋਏ ਕਰੋ ਪਾਰਕ ਹੈ ਝੂਲੇ ਛੂਲੇ ਲਵੋ ਇਹ ਤੱਕੋ ਜਨਾਬ ਅੰਦਰੂ ਪਾਰਕ ਬਹੁਤ ਖੂਬਸੂਰਤ ਹੈ ਬਹੁਤ ਪਿਆਰਾ ਵੈ ਦੋਸਤੋ ਐਮ ਫਿਸ਼ ਫਰਾਈ ਹੋ ਗਈ ਹੈ ਮਾਸ਼ਾਅੱਲਾ ਜੀ ਤੱਕੋ ਅੱਧੀ ਫਿਸ਼ ਫਰਾਈ ਹੋਣੀ ਪਈ ਹੈ ਜੀ ਦੋਸਤੋ ਆ ਮੇਰੇ ਨਾਲ ਬਾਹਰੀ ਵੀ ਆਏ ਨੇ ਇਫਤਾਰੀ ਕਰਨ ਤਾਂ ਉਹਨਾਂ ਨਾਲ ਗੱਲਬਾਤ ਕਰੀਏ ਕੀ ਹਾਲ ਆ ਬਾਬੂ ਜੀ ਠੀਕ ਹੋ ਠੀਕ ਠਾਕ ਜੀ ਹੋਰ ਸਿਹਤ ਠੀਕ ਹੈ ਜੀ ਠੀਕ ਠਾਕ ਫਸਟ ਕਲਾਸ ਇਫਤਾਰੀ ਕਰਨੇ ਵਾਸਤੇ ਅੱਜ ਆਏ ਹੋ ਜੀ ਜੀ ਠੀਕ ਹੈ ਰਾਜੇ ਜਨਾਨ ਸਾਹਿਬ ਇਫਤਾਰੀ ਰੱਖੀ ਆ ਸਾਨੂੰ ਹੈ ਜੀ ਤੇ ਕਿਸ ਤਰ੍ਹਾਂ ਦਾ ਮਾਹੌਲ ਮਾਸ਼ਰਾ ਜਨਾਬ ਇੱਥੇ ਰਹਿ ਰਹੇ ਨੇ ਅੱਛਾ ਜੀ ਬਹੁਤ ਅੱਛਾ ਹੈ ਬਹੁਤ ਪੁਰਸਕੂਨ ਜਗ੍ਹਾ ਹੈ ਜੀ ਬਹੁਤ ਸੋਹਣੀ ਜਗ੍ਹਾ ਹਰ ਬੰਦੇ ਕਿੱਥੇ ਇਫਤਾਰੀ ਕਰਨੇ ਵਾਸਤੇ ਆਉਣਾ ਚਾਹੀਦਾ ਹੈ ਜੀ 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 ਸਹੀ ਜੀ ਆਈ ਰੋਜ਼ਿਆਂ ਦੇ ਮਹੀਨੇ ਇੱਥੇ ਬਹੁਤ ਰਸ਼ ਹੋਣਾ ਕਰਨਾ ਮੈਂ ਜੀ ਜੀ ਤੇ ਹਰ ਬੰਦਾ ਇਫਤਾਰੀ ਕਰੇ ਦਾ ਥਾਂ ਬਣਾਇਆ ਜੀ 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 ਚਲੋ ਜੀ ਰਾਜਾ ਜਨਾਨ ਸਾਹਿਬ ਨੇ ਜਨਾਬ ਇਫਤਾਰੀ ਵਾਲਾ ਤਾਲਾ ਕਬੂਲ ਕਰਨ ਆਮੀਨ ਜੀ ਜੀ ਤਾਂ ਰੋਜ਼ੇ ਵੀ ਉਹਨਾਂ ਨੇ ਕਬੂਲ ਕਰਿਆ ਜਨਾਬ ਤਾਂ ਦਿਲੀ ਖੁਆਇਸ਼ ਪੂਰੀ ਕਰਨ ਵਾਲੀ ਹੈ ਜੀ ਆਮੀਨ ਜਨਾਬ ਆਮੀਨ ਦੇਖੋ ਜੀ ਬਾਹਰੀ ਆਣਨ ਜੀ ਰਾਜਾ ਜਨਾਨ ਸਾਹਿਬ ਇਫਤਾਰੀ ਕਰਾ ਰਹੇ ਨੇ ਤਾਂ ਉਹਨਾਂ ਨੇ ਦਿਲੀ ਮੁਰਾਦ ਪੂਰੀ ਹੋਇਆ ਤਾਂ ਰੋਜ਼ੇ ਨਮਾਜ਼ਾਂ ਉਹਨਾਂ ਨੇ ਅੱਲਾਹ ਤਾਲਾ ਕਬੂਲ ਕਰਿਆ ਸਾਰੇ ਭੈਣ ਭਰਾ ਮੁਸਲਮਾਨਾਂ ਨੇ ਬਹੁਤ ਖੂਬਸੂਰਤ ਜਗ੍ਹਾ ਹੈ ਦੇਖੋ ਨਹਿਰ ਨੇ ਕਿਨਾਰੇ ਬਹੁਤ ਪੁਰਸਕੂਨ ਜਗ੍ਹਾ ਹੈ ਹਰ ਬੰਦੇ ਕਿੱਥੇ ਦੋਸਤਾਂ ਯਾਰਾਂ ਨਾਲ ਫੈਮਿਲੀ ਨਾਲ ਇਫਤਾਰੀ ਕਰਨ ਵਾਸਤੇ ਆਉਣਾ ਚਾਹੀਦਾ ਮੈਂ ਦੋਸਤੋ ਇਹ ਤੱਕੋ ਜੀ ਕੈਰੀ ਡੱਬੇ ਆ ਰਹੇ ਨੇ ਇਹ ਇਫਤਾਰੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਜਿਹੜੇ ਵੀ ਤੂੰ ਬੰਦੇ ਆ ਜਨਾਬ ਇੱਥੇ ਸਪੈਸ਼ਲ ਇਫਤਾਰੀ ਕਰਨ ਵਾਸਤੇ ਦੇਖੋ ਜੀ ਨਹਿਰ ਨੇ ਕਿਨਾਰੇ ਇਤਨੇ ਕੈਰੀ ਡੱਬੇ ਆਏ ਨੇ ਦੋਸਤ ਯਾਰ ਅਸਾਂ ਇਫਤਾਰੀ ਕਰਨ ਵਾਸਤੇ ਹੈ ਇਹ ਵੀ ਰਾਜਾ ਜਨਾਨ ਸਾਹਿਬ ਇਹਨੇ ਇਨਵਾਈਟ ਕੀਤੇ ਹੈ ਖਾਸ ਤੌਰ 'ਤੇ ਮਹਿਮਾਨ ਜੇਲ੍ਹ ਤੋਂ ਆਏ ਨੇ ਦੋਸਤੋ ਇਹ ਤੱਕੋ ਜੀ ਸਾਰੇ ਦੋਸਤ ਆਪਣੇ ਆਪਣੇ ਕੈਰੀ ਡੱਬੇ ਨਾਲ ਖਲਤੇ ਨੇ ਅਤੇ ਜੇਲ੍ਹ ਤੋਂ ਆਏ ਨੇ ਮਾਸ਼ਾਅੱਲਾ ਜੀ ਬਹੁਤ ਖੂਬਸੂਰਤ ਕੈਰੀ ਡੱਬੇ ਰੱਖੇ ਨੇ ਜਨਾਬ ਇੱਕ ਵੀਡੀਓ ਬਣਾਈਏਗਾ ਇੱਕ ਇੱਕ ਮਤਲਬ ਕਿ ਥੋੜਾ 2x ਪੇ ਲਗਾਏ 2x ਪੇ ਥੋੜਾ ਪਿੱਛੇ ਚਲੇ ਜਾਈਏਗਾ 2x ਪੇ ਲਗਾ ਕੇ ਨੇ ਠੀਕ ਹੈ ਠੀਕ ਹੈ ਦੋਸਤੋ ਫਰੂਟ ਕੱਟਣ ਗਏ ਹੁਣ ਰਾਜ ਸਾਹਿਬ ਲੱਗੇ ਜੀ ਫਰੂਟਾਂ ਦੀ ਸੈਟਿੰਗ ਕਰਨ ਟਰੇ ਸ਼ੇ ਬਣਾਉਣੇ ਪੈਣ ਪਲੇਟਾਂ ਅਤੇ ਫਿਰ ਸਾਰੇ ਦੋਸਤ ਯਾਰ ਇਕੱਠੇ ਬਹਿਸਾਂ ਕਾਲੀਨ ਤੇ
ਇਹ ਯਾਦਗਾਰ ਲਮਹਾ ਹੋਣਾ ਇੱਕ ਇਫਤਾਰੀ ਦਾ ਬੰਦਾ ਹਾਰ ਕਰਨਾ ਰਹਿਣਾ ਘਰ ਪਰ ਦੋਸਤਾਂ ਯਾਰਾਂ ਨਾਲ ਮਿਲ ਕੇ ਜਿਹੜੀ ਇਫਤਾਰੀ ਕਰੋ ਇਹ ਇੱਕ ਯਾਦਗੀਰ ਰਹਿਣੀ ਹੈ ਮਸਾਂ ਜੀ ਸਾਰੇ ਦੋਸਤਾਂ ਇਕੱਠੀਆਂ ਇਫਤਾਰੀ ਕੀਤੀ ਸੀ ਨਹਿਰ ਦੇ ਕਿਨਾਰੇ ਅਤੇ ਕਾਫੀ ਰਸ਼ ਪੈ ਗਿਆ ਹੁਣ ਇੱਥੇ ਹੋਰ ਵੀ ਦੋਸਤ ਆਉਣ ਪੈ ਗਏ ਇੱਥੇ ਦੇਖੋ ਜੀ ਗੱਡੀਆਂ ਮੋਟਰਸਾਈਕਲ ਕਿਤਨੇ ਨੇ ਨਹਿਰ ਦੇ ਕਿਨਾਰੇ ਦੇਖੋ ਜੀ ਮਾਸ਼ਾਅੱਲਾ ਸੂਰਜ ਨਾਲ ਕਿਤਨਾ ਅੱਛਾ ਵਿਊ ਹੈ ਬਸ ਇਫਤਾਰੀ ਦਾ ਟਾਈਮ ਕੋਈ ਥੋੜ੍ਹਾ ਰਹਿ ਗਿਆ 10-15 ਮਿੰਟ ਇਤਨਾ ਰਸ਼ ਹੈ ਜੀ ਤੱਕੋ ਬੜੇ ਬੜੇ ਦੂਰੋਂ ਜੇਲਮੂੰ ਦੀਨੇ ਤੋਂ ਮੰਗਲਾ ਤੋਂ ਬੰਦੇ ਇੱਥੇ ਦੋਸਤ ਯਾਰ ਆਪਣੇ ਆਉਣੇ ਤੇ ਮੈਂ ਕਿਹਾ ਇਫਤਾਰੀ ਕਰਨੇ ਨਹਿਰ ਦੇ ਕਿਨਾਰੇ ਦੋਸਤੋ ਇਫਤਾਰੀ ਨਾਲ ਸਮਾਨ ਤਿਆਰ ਹੋ ਗਿਆ ਸਾਰੇ ਦੋਸਤ ਯਾਰ ਅਸਾਂ ਬੈਠੇ ਹਾਂ ਹੁਣ ਪਹਿਲੇ ਇਫਤਾਰੀ ਨੇ ਟਾਈਮ ਦਵਾ ਮੰਗਸਾਂ ਅੱਲਾਹ ਤਾਲਾ ਸਾਨੀ ਸਾਰਿਆਂ ਨੇ ਇਫਤਾਰੀ ਕਬੂਲ ਕਰਿਆ ਅਤੇ ਭਾਈ ਦਰਾਂ ਜਿਹੜੇ ਸਾਨੀ ਇਫਤਾਰੀ ਕਰਾ ਰਹੇ ਨੇ ਅੱਲਾਹ ਤਾਲਾ ਇਹਨਾਂ ਕੀ ਵੀ ਇਸ ਨਾਲ ਅਜਰ ਦਿਆ ਇਹਨੇ ਦਿਲੀ ਖਵਾਹਿਸ਼ ਪੂਰੀ ਕਰਿਆ ਅਤੇ ਇਹਨਾਂ ਨੇ ਮਾਹੇ ਰਮਜ਼ਾਨ ਰੋਜ਼ੇ ਨਮਾਜ਼ਾਂ ਇਬਾਦਤ ਨੂੰ ਕਬੂਲ ਕਰਿਆ ਅਸਾਂ ਜਿਤਨੇ ਭੈਣ ਭਰਾ ਮੁਸਲਮਾਨ ਅਸਾਂ ਬੈਠੇ ਹਾਂ ਅਤੇ ਰੋਜ਼ਾ ਇਫਤਾਰ ਕਰਨ ਆਇਆ ਨਹਿਰਾਂ ਦੇ ਕਿਨਾਰੇ ਅੱਲਾਹ ਤਾਲਾ ਸਾਰਿਆਂ ਨੇ ਇਫਤਾਰੀ ਕਬੂਲ ਕਰਿਆ ਅਤੇ ਹੁਣ ਅਸਾਂ ਦੁਆ ਮੰਗਸਾਂ ਤਾਂ ਬਸ 5 ਮਿੰਟ ਰਹਿ ਗਏ ਰੋਜ਼ਾ ਖੁੱਲ੍ਹੇ ਕੀ ਮੌਲਾ ਪਾਕ ਤਮਾਮ ਮੁਸਲਮਾਨੋ ਕੇ ਬੱਚੋ ਕੇ ਖੈਰ ਫਰਮਾ ਆਮੀਨ ਯਾ ਮੌਲਾ ਪਾਕ ਕੁਲ ਦਾ ਪਲਾ ਦੇ ਕੁਲ ਦੀ ਖੈਰ ਫਰਮਾ ਆਮੀਨ ਯਾ ਮੌਲਾ ਪਾਕ ਜਿਸ ਕਾ ਕੋਈ ਦੁਨੀਆ ਮੇਂ ਦੁਆ ਮੰਗਨੇ ਵਾਲਾ ਨਹੀਂ ਹੈ ਉਸ ਕੀ ਬਖਸ਼ਿਸ਼ ਕਰਨਾ ਵਾਖਿਰ ਦਾਵਾਨਾ ਅਲਹਮ